फिर तो जी देखना ही रह जाना अपने आप आईया ने क्योंकि इन्नी परेशान करता सानू आ गर्मी के सीजन च कदे भी घर आली जी फ्लैट प्रोपर नहीं मिली घर आली नहीं मिली नाल दी नाल मोटर आली आ मोटर आली दी एक भी वारी आ जिहड़ी कदे साडे पूरी नहीं हुंदी एक घंटा आ के जद ही फिर कट लग जाना पीसी कट आई जदों फोन करदे आ पीसी कट आ यार रिप्लाई ही नहीं करना अज सानू एंड नू आ के उरे धरना लाउणा पिया उम्मीद करदे आ कि शायद प्रशासन दी अक्खां खुलणगियां ते साडा जिहड़ा हल आ जल्दी तों जल्दी कीता जाऊगा ਕਿਉਂ ਕਰਕੇ ਕੀ ਕਰਨ ਬੈਠੇ ਅੱਜ ਦੇ ਕੀ ਗੱਲ ਹੋ ਗਈ ਬੱਚਿਆਂ ਨੂੰ ਠਾਰਦੀਆਂ ਨੇ ਬਹੁਤੀਆਂ ਸਵੇਰੇ ਪੁੱਟ ਕਟਾਪਾ ਹੁੰਦਾ ਉਹਨਾਂ ਦਾ ਬੱਚਿਆਂ ਦਾ ਸਕੂਲ ਨੂੰ ਭੇਜਣ ਦਾ ਫਿਰ ਮਾਵਾਂ ਨੂੰ ਦਾਦੀਆਂ ਨੂੰ ਤਾਂ ਫਿਰ ਬਹੁਤ ਤੜਫਣਾ ਠੀਕ ਆ ਨਾ ਦਾਦੀਆਂ ਨੂੰ ਬਹੁਤ ਤੜਫਣਾ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਹਾਂ ਲਾਈਟ ਆਉਣੀ ਚਾਹੀਦੀ ਹੈ ਲਾਈਟ 24 ਘੰਟੇ ਹੋਣੀ ਚਾਹੀਦੀ ਹੈ ਹਾਂ ਆਏ ਨਾ ਬੱਚਿਆਂ ਦਾ ਬਹੁਤ ਔਖਾ ਹੁਣ ਅੰਦਰ ਗੱਲ ਹੋਈ ਕੀ ਕਹਿੰਦੇ ਨੇ ਅੰਦਰ ਦੇ ਕਹਿੰਦੇ ਨੇ ਵੀ ਕੋਈ ਨਾ 2-4 ਦਿਨ ਦੇ ਦਿਓ 2-4 ਦਿਨ ਕਿਉਂ ਦੇ ਦਈਏ ਅਸੀਂ ਤਾਂ ਹੁਣ ਉੱਥੇ ਆ ਬੱਚਿਆਂ ਨੂੰ ਬੱਚਿਆਂ ਨੂੰ ਕੁੱਟਦੇ ਨੇ ਮਾਰਦੀਆਂ ਨੇ ਮਾਵਾ ਠੀਕ ਹੈ ਅਸੀਂ ਨਸਾਂ ਉਹਨਾਂ ਨੂੰ ਤੋੜਦੇ ਆ ਪੰਨ ਠੀਕ ਹੈ ਓਕੇ साडे ना रुड़का पिंड हो गया इत्थे जानी रोज ही लाइट नहीं आ रही हैगी रात नूं साडे आ दोनों माइयां भाइयां सारे मार लो कैमरा घुमा लो कि साडे लाइट नहीं आउंदी हैगी घट्टो घट 2-3 दिन हो गए रात नूं जे समझे नहीं देखे लाइट जे आउंदी आ जांदी आ चली जांदी आ लोकां दे जानी एसी टीवी एलईडी सारा कुछ खराब हो गया वोल्टेज नहीं पूरी आ रही हैगी जां ड्रॉप आ जां फुल आ जी लाइट धरना लगे बीज दफ्तर के अगे बारे तुम की कहना तुम्हारा ਮੈਨੂੰ ਤਾਂ ਤੁਹਾਨੂੰ ਇਹ ਧਰਨਾ ਲੱਗਿਆ ਉਹ ਰੁੜ ਕੇ ਪੈਣ ਲੱਗੇ ਜਾਣਾ ਸੀਗਾ ਅਤੇ ਉਸਦੇ ਵਿੱਚ ਕੀ ਸੀਗਾ ਨਾ ਕੁਛ ਸਮੇਂ ਤੋਂ ਉਹਨਾਂ ਦੀਆਂ ਕਈ ਦਿੱਕਤਾਂ ਨੇ ਜਿਵੇਂ ਕਿ ਉੱਥੇ ਵੋਲਟੇਜ ਡੈਮ ਚੱਲਦੀ ਆ ਥੋੜ੍ਹੀ ਜਿਹੀ ਅਤੇ ਉੱਥੇ ਕੋਈ ਨਵੇਂ ਟਰਾਂਸਫਾਰਮਰ ਲੱਗਣਾ ਸੀਗਾ ਉਹ ਪਿਛਲੇ ਸਮੇਂ 'ਚ ਕੋਈ ਕੰਮ ਨਹੀਂ ਹੋਇਆ ਉਹਨਾਂ ਨੂੰ ਆਪਾਂ ਆਸ਼ਵਾਸਨ ਦਵਾਇਆ ਉਹ ਆਪਾਂ ਉਹਨਾਂ ਦਾ ਪਹਿਲ ਦੇ ਆਧਾਰ 'ਤੇ ਉਹ ਕੰਮ ਕਰਵਾ ਦਾਂਗੇ ਜਿਹੜੀ ਕਿ ਉਹਨਾਂ ਦੀ ਵੋਲਟੇਜ ਦੀ ਸਮੱਸਿਆ ਉਹ ਵੀ ਦੂਰ ਹੋ ਜੂਗੀ ਅਤੇ ਕੁਛ ਇੱਕ ਦੋ ਦਿਨਾਂ ਤੋਂ ਉਹਨਾਂ ਦੀ ਨਾ ਕੁਛ ਸਪਲਾਈ ਦੀ ਵੀ ਸਮੱਸਿਆ ਆਈ ਸੀਗੀ
ਅਤੇ ਉਹ ਵੀ ਉਹਨਾਂ ਨੂੰ ਭਰੋਸਾ ਦਵਾਇਆ ਕਿ ਅੱਗੇ ਤੋਂ ਉਹੋ ਜਿਹੀ ਕੋਈ ਦਿੱਕਤ ਨਹੀਂ ਆਊਗੀ। ਠੀਕ ਹੈ, ਮੋਟਰਾਂ ਵਾਲੀ ਲਾਈਨ ਦਾ ਇੱਕ ਉਹਨਾਂ ਦੀ ਸਮੱਸਿਆ, ਉਹਨਾਂ ਦਾ ਜਿਹੜਾ ਬ੍ਰੇਕਰ ਆ ਇੱਕ ਆ ਅਤੇ ਫਿਲਟਰ ਦੋ ਚੱਲਦੇ ਨੇਗੇ, ਉਹ ਪਾਵਰ ਕੱਟ ਨਾਲ ਚਲਾਉਣਾ ਪੈਂਦਾ, ਇਸ ਕਰਕੇ ਉਹਨਾਂ ਦੀ ਨਾ ਵਾਧੂ ਸਪਲਾਈ ਥੋੜ੍ਹੀ ਜਿਹੀ ਘੱਟ ਚੱਲਦੀ ਹੈ। ਅਤੇ ਉਹਦਾ ਵੀ ਸਮੱਸਿਆ ਦਾ ਹੱਲ ਹੋ ਗਿਆ ਸਾਡਾ, ਨਾ ਗ੍ਰਿਡ ਦਾ ਜਿਹੜਾ ਸੀਗਾ ਬਿਲਡਿੰਗ ਉਹ ਬਣ ਚੁੱਕੀ ਆ, ਅਤੇ ਉਹ ਸਾਡੇ ਨਵੇਂ ਪੈਨਲ ਮਹੀਨੇ ਦੋ ਮਹੀਨੇ ਦੇ ਵਿੱਚ ਲੱਗ ਜਾਣਗੇ, ਅਤੇ ਉਹ ਤੋਂ ਅਸੀਂ ਲਾਈਟ ਚਾਲੂ ਕਰਵਾਉਣੀ ਆ, ਅਤੇ ਉਹਦੇ ਨਾਲ ਉਹਨਾਂ ਦਾ ਸੁਧਾਰ ਹੋ ਜਾਏਗਾ, ਅਤੇ ਉਹਨਾਂ ਨੂੰ ਵਾਧੂ ਸਪਲਾਈ ਦੇ ਜਿਹੜੀ ਜਿਹੜੀ ਸਪਲਾਈ ਉਹ ਸਹੀ ਢੰਗ ਨਾਲ ਮਿਲਣ ਲੱਗ ਜਾਂਦੀ। ਠੀਕ ਹੈ।